ਅੰਮ੍ਰਿਤਪਾਲ ਸਿੰਘ ਜੀ ਦੇ ਵਰਕਰ ਜੋ ਕਹਿੰਦੇ ਹੈ ਉਹ ਉਹਨਾਂ ਦੀ ਸੋਚ ਹੈ। ਤੁਸੀਂ ਕਿਉਂਕਿ ਬਟੋਆ ਸਾਹਿਬ ਕੋਲ ਤਾਂ ਪਾਰਟੀ ਦਾ ਬੜਾ ਕੁਝ ਹੈ ਕਹਿਣ ਲਈ, ਉਹਨੂੰ ਪਾਰਟੀ ਬਾਰੇ ਕਹਿਣਾ ਚਾਹੀਦਾ। ਦੂਜੀਆਂ ਪਾਰਟੀਆਂ ਦੇ ਜਿੱਥੇ ਨੀਤੀਆਂ ਗਲਤ ਹੈ, ਆਮ ਆਦਮੀ ਪਾਰਟੀ ਦੀਆਂ ਨੀਤੀਆਂ ਗਲਤ ਹੈ, ਬੀਜੇਪੀ ਦੀਆਂ ਗਲਤ ਹੈ, ਕਾਂਗਰਸ ਦੀਆਂ ਗਲਤ ਹੈ, ਉਹਨਾਂ ਵੱਲੋਂ ਕੀਤੇ ਧੱਕੇ ਹੈ, ਉਹ ਬੋਲਣ ਕੀ ਲੋੜ ਹੈ ਜੀ? ਇੱਕ ਦੂਜੇ ਦੇ ਉੱਤੇ ਨਿੱਜੀ ਅਟੈਕ ਕਰ, ਅਸੀਂ ਕਿਉਂ ਇੱਕ ਦੂਜੇ ਦੇ ਉੱਤੇ ਕਿਉਂ ਚਿੱਕੜ ਸੁੱਟਣਾ? ਕੀ ਲੋੜ ਹੈ ਨਾ ਅੰਮ੍ਰਿਤਪਾਲ ਸਿੰਘ ਹੋਰੀ ਸੁੱਟਣ ਨਾ ਇਹ ਸੁੱਟਣ? ਅੰਮ੍ਰਿਤਪਾਲ ਨੂੰ ਜਿਹੜੇ ਵੋਟ ਪਾਉਣ ਲਈ ਕਹਿ ਰਹੇ ਆ ਉਹ ਕਹਿੰਦੇ ਜੀ ਅੰਦਰ ਹੈ, NSA ਲੱਗੀ ਹੈ, ਇਹਦੀ NSA ਟੁੱਟ ਜਾਏਗੀ, ਇਹ ਬਾਹਰ ਆ ਜਾਏਗਾ, ਕੁਦਰਤੀ ਹੈ ਸਿੰਪਤੀ ਵੋਟ ਜਿਹੜੀ ਚਲੀ ਜਾਂਦੀ ਹੈ। ਔਰ ਖਡੂਰ ਸਾਹਿਬ ਦੇ ਇਲਾਕੇ ਦੇ ਲੋਕ ਜਿਹੜੇ ਆ ਨਾ ਜੀ ਉਹ ਇਮੋਸ਼ਨਲ ਨੇ, ਕਿਉਂਕਿ ਉੱਥੇ ਉੱਧਰ ਸ਼ਹੀਦੀਆਂ ਬੜੀਆਂ ਹੋਈਆਂ, ਕੁਰਬਾਨੀਆਂ ਬੜੀਆਂ ਹੋਈਆਂ, ਇਤਿਹਾਸ ਬੜਾ ਉੱਥੇ ਲਹੂ ਭਿੱਜਿਆ ਹੋਇਆ ਇਤਿਹਾਸ ਹੈ, ਸੋ ਉਹ ਉਹਨਾਂ 'ਤੇ ਬਹੁਤ ਅਸਰ ਕਰਦਾ। ਇਸ ਵਾਰੀ ਵੀ ਇਹੀ ਡਰ ਵੀ ਲੱਗਦਾ ਕਿਤੇ ਇਹ ਨਾ ਹੋਵੇ ਜਿਹੜੀ ਪੰਥਕ ਇਸ ਸੋਚ ਦੀ ਵੋਟ ਹੈ ਉਹ ਵੰਡੀ ਜਾਏ ਅਤੇ ਕਿਤੇ ਤੀਜਾ ਬੰਦਾ ਕਿਤੇ ਬਾਜੀ। ਬੀਬੀ ਖਡੂਰ ਸਾਹਿਬ ਦੀ ਤੁਹਾਨੂੰ ਇਸ ਵੇਲੇ ਸਿਚੁਏਸ਼ਨ ਕੀ ਨਜ਼ਰ ਆ ਰਹੀ, ਕਿਉਂਕਿ 2019 ਦੇ ਵਿੱਚ ਤਾਂ ਤੁਸੀਂ ਆਪ ਵੀ ਕੰਟੈਸਟ ਕੀਤਾ ਖਡੂਰ ਸਾਹਿਬ ਤੋਂ, ਤਾਂ ਇਸ ਵੇਲੇ ਦੇ ਹਾਲਾਤ ਤੁਹਾਨੂੰ ਕੀ ਨਜ਼ਰ ਆ ਰਹੇ ਨੇ? ਵਿਰਸਾ ਸਿੰਘ ਬਲਟੋਹਾ ਨੂੰ ਅਕਾਲੀ ਦਲ ਨੇ ਮੈਦਾਨ ਦੇ ਵਿੱਚ ਉਤਾਰਿਆ, ਇੱਕ ਪਾਸੇ ਮੰਤਰੀ ਨੇ ਲਾਲਜੀਤ ਭੁੱਲਰ, ਆਮ ਆਦਮੀ ਪਾਰਟੀ ਵੱਲੋਂ ਕੁਲਬੀਰ ਜੀਰਾ ਨੇ, ਬੀਜੇਪੀ ਨੇ ਮਨਜੀਤ ਮੀਆਂਵਿੰਡ ਨੂੰ ਉਤਾਰਿਆ, ਔਰ ਅੰਮ੍ਰਿਤਪਾਲ ਸਿੰਘ ਆਜ਼ਾਦ ਤੌਰ ਦੇ ਉੱਤੇ ਚੋਣ ਲੜ ਰਹੇ ਨੇ, ਤੁਸੀਂ ਕਿਵੇਂ ਦਾ ਮੁਕਾਬਲਾ ਖਡੂਰ ਸਾਹਿਬ ਦੇਖਦੇ ਹੋ ਪੰਥਕ ਸੀਟ ਦੇ ਉੱਤੇ? ਦੇਖੋ ਮੈਂ ਉੱਧਰ ਵਿਚਰੀ ਤਾਂ ਨਹੀਂ, ਪਰ ਚੋਣ ਤਾਂ ਕੋਈ ਵੀ ਲੜ ਸਕਦਾ। ਅੰਮ੍ਰਿਤਪਾਲ ਸਿੰਘ ਜੀ ਆਜ਼ਾਦ ਲੜ ਰਹੇ ਹੈ, ਕੋਈ ਗੱਲ ਨਹੀਂ, ਹਰ ਇੱਕ ਦਾ ਹੱਕ ਹੈ, ਸਾਨੂੰ ਸੰਵਿਧਾਨ ਇਜਾਜ਼ਤ ਦਿੰਦਾ ਕਿ ਚੋਣ ਲੜੇ ਜੀ। ਹਰ ਪਾਰਟੀ ਨੇ ਆਪਣਾ ਉਮੀਦਵਾਰ ਖਿਡਾਰਨਾ ਹੁੰਦਾ, ਸਾਰਿਆਂ ਨੇ ਖਿਲਾਰਿਆ, ਅਸੀਂ ਵੀ ਖਿਲਾਰਿਆ, ਅਤੇ ਜਿਹਨੂੰ ਲੋਕ ਚਾਹੁਣ ਉਹਨੂੰ ਵੋਟ ਪਾ ਦੇਣ, ਕੋਈ ਫਰਕ ਨਹੀਂ ਪੈਂਦਾ ਜੀ। ਇਹ ਤਾਂ ਮੈਂ ਤਾਂ ਦੇਖ ਰਹੀ ਹਾਂ ਕਿ ਪੰਜਾਬ ਦੇ ਲੋਕ ਇਸ ਵੇਲੇ ਬਿਲਕੁਲ ਬਹੁਤ ਹੀ ਸ਼ਾਂਤੀ ਹੈ, ਉਹ ਵੀ ਕੀ ਕਰਨ, ਕੋਈ ਲੀਡਰ ਰਾਤ ਨੂੰ ਕਿਸੇ ਪਾਸੇ ਹੁੰਦਾ, ਦੂਜੇ ਪਾਸੇ ਦੂਜੇ ਦਿਨ ਕਿਸੇ ਪਾਸੇ ਹੁੰਦਾ, ਹੁਣ ਇਹ ਵੀ ਸੋਚਦੇ ਆ ਵੀ ਜਿਹੜੇ ਅੱਜ ਖੜ੍ਹੇ ਆ ਪਤਾ ਨਹੀਂ ਕੱਲ੍ਹ ਨੂੰ ਕਿੱਥੇ ਜਾਣੇ, ਸੋ ਕਈ ਤਰ੍ਹਾਂ ਦੀਆਂ ਭਰਮ ਭੁਲੇਖੇ ਪੈ ਗਏ ਆ ਲੋਕਾਂ ਦੇ ਮਨਾਂ 'ਚ, ਉਹ ਖੁਸ਼ੀ ਨਹੀਂ ਹੈ ਜਿੱਦਾਂ ਲਹਿਰ ਹੁੰਦੀ ਨਾ ਅੱਗੇ। ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਜਿਹੜੇ ਉਹ ਥੋੜ੍ਹੇ ਜਿਹੇ ਖੁਸ਼ੀ ਵਿੱਚ ਨਹੀਂ ਵੋਟਾਂ ਪਾ ਰਹੇ, ਇਸ ਵਾਰ ਜਿਹੜੀ ਸਮੀਕਰਨ ਨਹੀਂ ਬਦਲ ਕੇ, ਮੈਂ ਉਹੀ ਕਈ ਵਾਰ ਮੈਂ ਇੰਟਰਵਿਊ 'ਚ ਵੀ ਜ਼ਿਕਰ ਕੀਤਾ, ਇੰਨੀ ਛੇਤੀ ਤਾਂ ਮੌਸਮ ਨੇ ਵੀ ਨਹੀਂ ਰੰਗ ਬਦਲਿਆ ਜਿੰਨੀ ਛੇਤੀ ਸਿਆਸਤਦਾਨਾਂ ਨੇ ਰੰਗ ਬਦਲੇ, ਬਹੁਤ ਇਹਦੇ ਨਾਲ ਸਾਡੇ ਕਿਰਦਾਰ ਜਿਹੜੇ ਉਹ ਖਤਮ ਹੋ ਰਹੇ ਜੀ, ਕਿਰਦਾਰਾਂ ਦੇ ਉੱਤੇ ਕਿੰਤੂ ਪ੍ਰੰਤੂ ਹੋਣਾ ਬਹੁਤ ਸੁਭਾਵਿਕ ਹੈ। ਹਾਲਾਂਕਿ ਤੁਸੀਂ ਇਸ ਸੀਟ ਨੂੰ ਤਾਂ ਓਬਜ਼ਰਵ ਕੀਤਾ ਹੀ ਹੋਇਆ, ਪੰਥਕ ਸੀਟ ਹੈ, ਤੁਹਾਨੂੰ ਕੀ ਲੱਗਦਾ ਹੈ ਲੋਕ ਪਾਰਟੀਆਂ ਦੇ ਨਾਲ ਜੁੜਦੇ ਹੋਏ ਨਜ਼ਰ ਆਉਂਦੇ ਨੇ, ਜਾਂ ਫਿਰ ਤੁਹਾਨੂੰ ਲੱਗਦਾ ਕਿ ਆਜ਼ਾਦ ਤੌਰ ਦੇ ਉੱਤੇ ਉਮੀਦਵਾਰ ਦੀ ਵੀ ਉਹ ਸਪੇਸ ਉੱਥੇ ਬਣ ਸਕਦੀ ਹੈ? ਦੇਖੋ ਇਹ ਜਿਹੜਾ ਹੈਗਾ ਨਾ ਜੀ ਖਡੂਰ ਸਾਹਿਬ, ਇਹ ਹੈ ਪੰਥਕ ਸੀਟ ਹੈ, ਇਹ 'ਚ ਕੋਈ ਸ਼ੱਕ ਨਹੀਂ, ਪਰ ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦੀ ਹੈ ਦੋ ਪੰਥਕ ਗਿਣੇ ਜਾ ਰਹੇ ਆ, ਇੱਕ ਸ਼੍ਰੋਮਣੀ ਅਕਾਲੀ ਦਲ ਅਤੇ ਇੱਕ ਉਹ, ਹੁਣ ਲੋਕਾਂ ਨੇ ਕਈ ਗੱਲਾਂ ਦੇਖਦੇ ਆ, ਜਿਸ ਤਰ੍ਹਾਂ ਅੰਮ੍ਰਿਤਪਾਲ ਨੂੰ ਜਿਹੜੇ ਵੋਟ ਪਾਉਣ ਲਈ ਕਹਿ ਰਹੇ ਆ ਉਹ ਕਹਿੰਦੇ ਜੀ ਅੰਦਰ ਹੈ, NSA ਲੱਗੀ ਹੈ, ਇਹਦੀ NSA ਟੁੱਟ ਜਾਏਗੀ, ਇਹ ਬਾਹਰ ਆ ਜਾਏਗਾ, ਕੁਦਰਤੀ ਹੈ ਸਿੰਪਤੀ ਵੋਟ ਜਿਹੜੀ ਹੈ ਚਲੀ ਜਾਂਦੀ ਹੈ, ਪ੍ਰਚਾਰ ਹੀ ਹੈ ਨਾ ਜੀ, ਜਿੱਦਾਂ ਨੂੰ ਪ੍ਰਚਾਰ ਕਰ ਲਓਗੇ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਜਿਹੜਾ ਉਹਨੇ ਦੱਸਣਾ ਵੀ ਅਸੀਂ ਪਾਰਟੀ ਵੱਲੋਂ ਕੀ ਕੀਤਾ, ਸਾਨੂੰ ਕਿੱਦਾਂ ਡਿਵੈਲਪਮੈਂਟ ਕੀਤੀ ਹੈ, ਉਹਨੇ ਆਪਣੀਆਂ ਨੀਤੀਆਂ ਦੱਸਣੀਆਂ, ਉਹਨਾਂ ਨੇ ਇਹ ਦੱਸਣਾ ਕਿ ਸਾਡੇ ਨਾਲ ਧੱਕਾ ਹੋ ਰਿਹਾ, ਸਾਡੇ ਨਾਲ ਵਾਧਾ ਹੋ ਰਿਹਾ। ਔਰ ਖਡੂਰ ਸਾਹਿਬ ਦੇ ਇਲਾਕੇ ਦੇ ਲੋਕ ਜਿਹੜੇ ਆ ਨਾ ਜੀ ਉਹ ਇਮੋਸ਼ਨਲ ਨੇ, ਕਿਉਂਕਿ ਉੱਥੇ ਉੱਧਰ ਸ਼ਹੀਦੀਆਂ ਬੜੀਆਂ ਹੋਈਆਂ, ਕੁਰਬਾਨੀਆਂ ਬੜੀਆਂ ਹੋਈਆਂ, ਇਤਿਹਾਸ ਬੜਾ ਉੱਥੇ
ਲਹੂ ਭਿੱਜਿਆ ਹੋਇਆ ਇਤਿਹਾਸ ਹੈ, ਸੋ ਉਹ ਉਹਨਾਂ 'ਤੇ ਬਹੁਤ ਅਸਰ ਕਰਦਾ। ਔਰ ਇਹੀ ਖਡੂਰ ਸਾਹਿਬ ਹੈ ਜਿਸ ਦੇ ਉੱਤੇ ਕਿ ਇਹ ਵੀ ਸਵਾਲ ਹੁੰਦਾ ਕਿ ਤੁਸੀਂ ਤਾਂ ਬੀਬੀ ਖਾਲੜਾ ਨੂੰ ਵੀ ਹਰਾ ਦਿੱਤਾ ਸੀ। ਬੀਬੀ ਖਾਲੜਾ ਜਿਨ੍ਹਾਂ ਦੇ ਪਰਿਵਾਰ ਨੇ, ਖਾਲੜਾ ਪਰਿਵਾਰ ਨੇ, ਜਸਵੰਤ ਸਿੰਘ ਖਾਲੜਾ, ਉਹਨਾਂ ਨੇ ਇੰਨੀ ਕਹਿੰਦੇ ਵੱਡੀ ਸ਼ਹਾਦਤ ਦਿੱਤੀ ਕੌਮ ਦੇ ਵਾਸਤੇ, ਤੁਸੀਂ ਤਾਂ ਉਹਨਾਂ ਦੀ ਸ਼ਹਾਦਤ ਨੂੰ ਵੀ ਨਹੀਂ ਦੇਖਿਆ, ਤਾਂ ਕੀ ਲੱਗਦਾ ਇਸ ਵਾਰ ਉਸ ਸ਼ਹਾਦਤ ਨੂੰ ਵੀ ਚੇਤੇ ਰੱਖਿਆ ਜਾਊਗਾ ਜਾਂ ਫਿਰ ਚੀਜ਼ਾਂ ਜਿਹੜੀਆਂ ਨੇ ਲੋਕ ਆਪਣੇ ਤੌਰ ਦੇ ਉੱਤੇ ਸੋਚਣਗੇ? ਦੇਖੋ ਮੈਂ ਕਹਿੰਦੀ ਆਪਣੇ ਤੌਰ 'ਤੇ ਸੋਚਣਾ ਚਾਹੀਦਾ ਲੋਕਾਂ ਨੂੰ। ਮੈਂ ਨਹੀਂ ਕਹਿੰਦੀ ਕਿ ਕਿਹਨੂੰ ਭੁਲਾਤਾ। ਹੁਣ ਪਿਛਲੀ ਵਾਰੀ ਸੀਗਾ, ਮੈਂ ਪਾਰਟੀ ਵੱਲੋਂ ਮੈਨੂੰ ਖੜੀ ਕੀਤਾ ਬੀਬੀ ਖਾਲੜਾ ਨੂੰ, ਬਾਅਦ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਬਣਾ ਕੇ ਖੜਾ ਕਰਤਾ, ਜਿਹੜੇ ਸਪੋਰਟ ਬ੍ਰਹਮਪੁਰਾ ਸਾਹਿਬ, ਸਾਰੇ ਅਜਨਾਲਾ ਸਾਹਿਬ ਸਾਰੇ ਉਦੋਂ ਨਾਲ ਸੀਗੇ, ਉਹ ਵੀ ਤਾਂ ਅਕਾਲੀ ਦਲ 'ਚੋਂ ਗਏ ਸੀਗੇ। ਔਰ ਜਸਵੰਤ ਸਿੰਘ ਜੀ ਖਾਲੜਾ ਸਾਹਿਬ ਜਿਹੜੇ ਸੀ ਉਹ ਸਾਡੇ ਹੀ ਨੁਮਾਇੰਦੇ ਸੀ। ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਚੇਅਰਮੈਨ ਬਣਾਇਆ ਸੀਗਾ ਹਿਊਮਨ ਰਾਈਟਸ ਦਾ, ਉਹਨਾਂ ਨੇ ਉਸ ਦੇ ਤਹਿਤ ਕੰਮ ਕੀਤਾ ਸੀਗਾ। ਜਦੋਂ ਮੈਂ ਖੜੀ ਹੋਈ ਹਾਂ, ਮੇਰਾ ਖਿਆਲ ਹੈ ਕਿ ਮੈਂ ਇੱਕ ਵੀ ਸ਼ਬਦ ਕਦੀ ਉਹਨਾਂ ਦੇ ਖਿਲਾਫ਼ ਨਹੀਂ ਸੀ ਬੋਲਿਆ, ਕਿਉਂਕਿ ਮੈਂ ਉਹਨਾਂ ਨੂੰ ਆਪਣਾ ਹੀ ਹਿੱਸਾ ਸਮਝਦੀ ਸੀ। ਇਹਨੂੰ ਬਾਅਦ 'ਚ ਖੜਾ ਕੀਤਾ ਗਿਆ, ਪਰ ਇਹ ਗੱਲ ਕਹਿਣੀ ਕਿ ਖੜਾ ਹੀ ਕਿਉਂ ਕਰਦੇ ਹੋ ਕਿਸੇ ਦੇ ਮੁਕਾਬਲੇ 'ਤੇ, ਇਹ ਮੈਂ ਕਹਿੰਦੀ ਹਾਂ ਕਿ ਇਹ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਪਾਰਟੀਆਂ ਨੇ ਆਪਣਾ ਨੁਮਾਇੰਦਾ ਖੜਾ ਕਰਨਾ ਹੀ ਹੁੰਦਾ, ਅਤੇ ਜੇ ਬੀਬੀ ਖਾਲੜਾ ਜੀ ਦੇ ਲੋਕ ਬਹੁਤ ਹੱਕ 'ਚ ਸੀ ਤਾਂ ਉਹਨਾਂ ਨੂੰ ਵੋਟਾਂ ਪਾਉਂਦੇ। ਉਹਨਾਂ ਨੂੰ ਜੇ 2 ਲੱਖ 2 ਲੱਖ ਵੋਟ ਪਈ ਹੈ ਤਾਂ ਮੈਨੂੰ ਵੀ ਤਾਂ 2.25 ਲੱਖ ਦੇ ਕਰੀਬ ਵੋਟ ਪਈ ਹੈ। ਦੇਖੋ ਉਹ ਵੋਟ ਵੰਡੀ ਜਾਣ ਕਰਕੇ ਕਾਂਗਰਸ ਵਾਲਾ ਜਿੱਤ ਗਿਆ। ਇਸ ਵਾਰੀ ਵੀ ਇਹੀ ਡਰ ਵੀ ਲੱਗਦਾ ਕਿਤੇ ਇਹ ਨਾ ਹੋਵੇ ਜਿਹੜੀ ਪੰਥਕ ਇਸ ਸੋਚ ਦੀ ਵੋਟ ਹੈ ਉਹ ਵੰਡੀ ਜਾਏ ਅਤੇ ਕਿਤੇ ਤੀਜਾ ਬੰਦਾ ਕਿਤੇ ਬਾਜੀ ਮਾਰ ਜਾਏ, ਕਿਉਂਕਿ ਸਮੀਕਰਨ ਸੇਮ ਉਮੇ ਦੇ ਬਣ ਗਏ ਜਿਹੇ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਚੋਣ ਲੜੀ ਖਡੂਰ ਸਾਹਿਬ ਵਾਲੀ। ਪਰ ਉਦੋਂ ਇਸ ਤਰ੍ਹਾਂ ਨਹੀਂ ਸੀ ਕਰਦੇ ਲੋਕ, ਉਦੋਂ ਜਿੱਦਾਂ ਦੇ ਇਹਨਾਂ ਨੇ ਲਹਿਰ ਜੀ ਬਣਾਈ ਹੈ, ਉਦੋਂ ਬੀਬੀ ਖਾਲੜਾ ਜੀ ਲੜਦੇ ਸੀ ਚੋਣ, ਜਾਂਦੇ ਸੀ ਵੋਟਾਂ ਮੰਗਣ ਵਾਸਤੇ, ਉਹ ਵੀ ਆਪਣੇ ਸਮਾਗਮ ਕਰਦੇ ਸੀ ਜੀ, ਬਾਹਰੋਂ NRIs ਬਹੁਤ ਸਪੋਰਟ ਕਰ ਰਹੇ ਸੀ, ਅੱਜ ਵੀ NRI ਉਹਨਾਂ ਨੂੰ ਬਹੁਤ ਸਪੋਰਟ ਕਰ ਰਹੇ ਹੈ। ਅਤੇ ਪਰ ਜਿਹੜੀ ਜਿੱਦਾਂ ਦੇ ਅੱਜ ਇਹਨਾਂ ਨੇ ਬਣਾਇਆ ਨਾ ਜੀ ਲਹਿਰ ਬਣਾਉਣ ਲਈ ਗੁਰਦੁਆਰਿਆਂ 'ਚ ਵੀ ਸਾਰੇ ਥਾਵਾਂ ਦੇ ਉੱਤੇ, ਉਹ ਉਦੋਂ ਦਾ ਹੋਰ ਸਿਸਟਮ ਸੀ। ਹਾਲਾਂਕਿ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਕਦੇ ਵੀ ਬੀਬੀ ਖਾਲੜਾ ਦੇ ਖਿਲਾਫ ਨਹੀਂ ਕੁਝ ਬਿਆਨ ਦਿੱਤਾ, ਹੈ ਨਾ? ਪਰ ਉਹ ਵੀ ਨਹੀਂ ਸੀ ਦਿੱਤਾ, ਮੈਂ ਨਾ ਨਹੀਂ ਸੀ ਲੈਂਦੀ, ਮੈਂ ਇਹ ਕਹਿੰਦੀ ਸੀ ਜੇ ਕੋਈ ਪੁੱਛਦਾ ਹੀ, ਮੈਂ ਕਹਿੰਦੀ ਮੇਰੇ ਸਤਿਕਾਰਯੋਗ ਭੈਣ ਹੈ, ਉਹਨਾਂ ਨੂੰ ਵੀ ਹੱਕ ਹੈ ਚੋਣ ਲੜਨ ਦਾ, ਮੈਨੂੰ ਵੀ। ਪਰ ਬਹੁਤੇ ਲੋਕ ਖਡੂਰ ਸਾਹਿਬ ਤੋਂ ਬਾਹਰ ਇਹੀ ਐਕਸੈਪਟ ਕਰ ਰਹੇ ਸੀਗੇ, ਇਹੀ ਸੋਚ ਰਹੇ ਸੀ ਕਿ ਵਲਟੋਹਾ ਹੋਣੀ ਵੀ ਇਹੀ ਬਿਆਨ ਦੇਣਗੇ, ਅੰਮ੍ਰਿਤਪਾਲ ਸਿੰਘ ਖਾਲਸਾ ਉਹਨਾਂ ਦੇ ਸਾਹਮਣੇ ਜੇ ਖੜੇ ਵੀ ਹੋਏ ਨੇ ਤਾਂ ਉਹ ਇਹ ਕਹਿ ਸਕਦੇ ਨੇ ਕਿ ਠੀਕ ਹੈ ਹਰ ਕਿਸੇ ਨੂੰ ਹੱਕ ਹੈ, ਪਰ ਕਹਿੰਦੇ ਕਿ ਸਵਾਲ ਚੁੱਕਣੇ ਔਰ ਆਪਸ ਦੇ ਵਿੱਚ ਆਪਣੇ ਹੀ ਪੰਥਕ ਸੀਟ ਦੇ ਉੱਤੇ, ਪੰਥਕ ਚਿਹਰਿਆਂ ਦੇ ਉੱਤੇ ਇਸ ਤਰੀਕੇ ਦੇ ਇਲਜ਼ਾਮ ਲਾਉਣੇ, ਬਹੁਤੇ ਲੋਕ ਇਸ ਨੂੰ ਪ੍ਰਵਾਨ ਨਹੀਂ ਕਰਦੇ। ਕਿਸੇ ਨੂੰ ਵੀ ਨਹੀਂ ਕਿਸੇ 'ਤੇ ਲਾਉਣੇ ਚਾਹੀਦੇ, ਇਲਜ਼ਾਮ 'ਤੇ ਕੋਈ ਕੈਂਡੀਡੇਟ ਨੂੰ ਨਿੱਜੀ ਨਹੀਂ ਲਾਉਣੇ ਚਾਹੀਦੇ। ਜਿਹੜਾ ਤੁਹਾਡਾ ਮੁੱਦਾ ਹੈ ਪਾਰਟੀ ਦਾ, ਤੁਸੀਂ ਪਾਰਟੀ ਦੀਆਂ ਕੁਰਬਾਨੀਆਂ, ਪਾਰਟੀ ਦਾ ਇਤਿਹਾਸ, ਪਾਰਟੀ ਦੀਆਂ ਪ੍ਰਾਪਤੀਆਂ, ਪਾਰਟੀ ਵੱਲੋਂ ਕੀਤੇ ਕੰਮ, ਡਿਵੈਲਪਮੈਂਟ ਦੇ ਕੰਮ ਜਾਂ ਲੋਕਾਂ ਦੀਆਂ ਸਹੂਲਤਾਂ ਦਿੱਤੀਆਂ ਦੇ ਕੰਮ, ਉਹ ਕਰੋ। ਅੰਮ੍ਰਿਤਪਾਲ ਸਿੰਘ ਜੀ ਦੇ ਵਰਕਰ ਜੋ ਕਹਿੰਦੇ ਹੈ ਉਹ ਉਹਨਾਂ ਦੀ ਸੋਚ ਹੈ, ਤੁਸੀਂ ਕਿਉਂਕਿ ਵਲਟੋਆ ਸਾਹਿਬ ਕੋਲ ਤਾਂ ਪਾਰਟੀ ਦਾ ਬੜਾ ਕੁਝ ਹੈ ਕਹਿਣ ਲਈ, ਉਹਨੂੰ ਪਾਰਟੀ ਬਾਰੇ ਕਹਿਣਾ ਚਾਹੀਦਾ। ਦੂਜੀਆਂ ਪਾਰਟੀਆਂ ਦੇ ਜਿੱਥੇ ਨੀਤੀਆਂ ਗਲਤ ਹੈ, ਆਮ ਆਦਮੀ ਪਾਰਟੀ ਦੀਆਂ ਨੀਤੀਆਂ ਗਲਤ ਹੈ, BJP ਦੀਆਂ ਗਲਤ ਹੈ, ਕਾਂਗਰਸ ਦੀਆਂ ਗਲਤ ਹੈ, ਉਹਨਾਂ ਵੱਲੋਂ ਕੀਤੇ ਧੱਕੇ ਹੈ, ਉਹ ਬੋਲਣ ਕੀ ਲੋੜ ਹੈ ਜੀ ਇੱਕ ਦੂਜੇ ਦੇ ਉੱਤੇ ਨਿੱਜੀ ਅਟੈਕ ਕਰਨ ਦੀ। ਉਹੀ ਕਹਿ ਰਹੇ ਕਿ ਹੋਰ ਪਾਰਟੀਆਂ ਨੂੰ ਕੰਡੈਮ ਕਰਨ ਦੀ ਥਾਂ ਉਹਨਾਂ ਦੇ ਮੁੱਦੇ ਚੁੱਕਣ ਦੀ ਥਾਂ ਦੇ ਉੱਤੇ, ਪਾਰਟੀਆਂ ਦੀਆਂ ਨੀਤੀਆਂ ਜਿੱਥੇ ਜਿੱਥੇ ਕਿਸੇ ਦੀ ਗਲਤ ਹੈ ਉਹ ਚੱਕਣੀ ਚਾਹੀਦੀ ਹੈ, ਪੋਲਿਸੀਜ਼ ਜਿਹੜੀਆਂ ਕਿਸੇ ਦੀਆਂ ਗਲਤ ਹੈ ਉਹ ਚੱਕਣੀਆਂ ਚਾਹੀਦੀਆਂ, ਕਿਸੇ ਪਾਰਟੀ ਨੇ ਕੀ ਜਿਆਦਤੀਆਂ ਕੀਤੀਆਂ, ਕਿਸੇ ਸਰਕਾਰ ਨੇ ਕੀ ਜਿਆਦਤੀਆਂ ਕੀਤੀਆਂ। ਜਿਸ ਤਰ੍ਹਾਂ ਹੁਣ ਨਸ਼ਿਆਂ ਦੀ ਗੱਲ ਆਉਂਦੀ ਹੈ, ਸਾਡੇ ਵਾਰੀ ਝੂਠ ਬੋਲ ਕੇ ਲੋਕਾਂ ਨੂੰ ਜਿਸ ਤਰ੍ਹਾਂ ਇਹਨਾਂ ਨੇ ਬੜਾ ਪ੍ਰਚਾਰ ਕੀਤਾ ਵੀ ਅਸੀਂ ਤਾਂ ਇੱਕ ਮਹੀਨੇ 'ਚ ਨਸ਼ੇ ਖਤਮ ਕਰ ਦਾਂਗੇ, ਉਹ ਦੱਸਣ ਵੀ ਅੱਜ ਅਸੀਂ ਕਿੱਥੇ ਖੜ੍ਹੇ ਹਾਂ।
ਸੋ ਇਸੇ ਤਰ੍ਹਾਂ ਜਿਹੜਾ ਅੱਜ ਲਾਅ ਐਂਡ ਆਰਡਰ ਹੈ ਉਹਦੇ ਬਾਰੇ ਦੱਸਣਾ ਚਾਹੀਦਾ ਸਾਨੂੰ, ਅਸੀਂ ਕਿਉਂ ਇੱਕ ਦੂਜੇ ਦੇ ਉੱਤੇ ਕਿਉਂ ਚਿੱਕੜ ਸੁੱਟਣਾ, ਕੀ ਲੋੜ ਹੈ ਨਾ ਅੰਮ੍ਰਿਤਪਾਲ ਸਿੰਘ ਹੋਰੀ ਸੁੱਟਣ ਨਾ ਇਹ ਸੁੱਟਣ।